ਸਾਹ ਦੋਸਤੋ ਪ੍ਰਧਾਨ ਮੰਤਰੀ ਕਿਸਾਨ ਸਮਾਨਿਧੀ ਜਿਹੜੀ ਸਕੀਮ ਹੈ ਐ ਸਕੀਮ ਦੀ 12ਵੀਂ ਕਿਸ਼ਤ 17 ਅਕਤੂਬਰ 2022 ਨੂੰ ਖਸਾਨਾਂ ਦੇ ਖਾਤੇ ਦੇ ਵਿੱਚ ਪਾ ਦਿੱਤੀ ਗਈ ਹੈ। ਪਰੰਤੂ ਬਹੁਤ ਸਾਰੇ ਕਿਸਾਨ ਵੀ ਇਹੋ ਜਿਹਾ ਹੈ ਜਿਨ੍ਹਾਂ ਦੇ ਖਾਤੇ ਦੇ ਵਿੱਚ ਇਹ ਕਿਸ਼ਤ ਨਹੀਂ ਆਈ ਤੇ ਜਦੋਂ ਅਸੀਂ ਕਾਰਨ ਦੇਖਦੇ ਹਾਂ ਤਾਂ ਉੱਥੇ ਤੁਹਾਨੂੰ ਲੈਂਡ ਸੀਡਿੰਗ ਨੋ ਲਿਖਿਆ ਹੁੰਦਾ ਹੈ। ਅੱਛਾ ਇਹ ਕੀ ਹੈ? ਕਾਰਨ ਕਿਵੇਂ ਜਾਣਾਂਗੇ? ਇਹਦਾ ਹੱਲ ਕੀ ਹੈ? ਕੀ ਇਹਦਾ ਕੋਈ ਹੱਲ ਹੋ ਸਕਦਾ ਹੈ? ਇਹਦੇ ਸਾਰੇ ਸਬੰਧ ਵਿੱਚ ਮੈਂ ਇਸ ਵੀਡੀਓ 'ਚ ਗੱਲ ਕਰਦਾ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਲ ਮਰਖਾਈ ਫਤਿਹ ਰਹੀ ਸਾਂਝ ਪਾਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਵੈਬਸਾਈਟ ਦੇ ਵਿੱਚ ਕਾਫੀ ਬਦਲਾਅ ਆ ਚੁੱਕਾ ਹੈ ਠੀਕ ਹੈ ਤਾਂ ਇਹਦੇ ਬਾਰੇ ਆਪਾਂ ਕਿਤੇ ਫੇਰ ਗੱਲ ਕਰਾਂਗੇ ਅੱਜ ਮੁੱਖ ਗੱਲ ਇਹ ਹੈਗੀ ਹੈ ਕਿ ਦੇਖੋ ਈਕੇਵਾਈਸੀ ਇਥੋਂ ਕਰ ਸਕਦੇ ਹੋ ਨਵੇਂ ਕਿਸਾਨ ਜਿਨੇ ਰਜਿਸਟ੍ਰੇਸ਼ਨ ਨਹੀਂ ਕਰਾਈ ਇਥੋਂ ਕਰ ਸਕਦੇ ਆ ਜੇਕਰ ਤੁਸੀਂ ਆਪਣਾ ਸਟੇਟਸ ਚੈੱਕ ਕਰਨਾ ਹੈਗਾ ਤਾਂ ਉਹ ਤੁਸੀਂ ਇਸ ਜਗ੍ਹਾ ਸਟੇਟਸ ਚੈੱਕ ਕਰ ਸਕਦੇ ਹੋ ਕਿਹੜੇ ਜਿਹੜੇ ਕਿਸਾਨ ਵੀਰਾਂ ਨੇ ਅਪਲਾਈ ਕੀਤਾ ਹੈ ਜਿੱਦੀ ਕਿਸ਼ਤਾਂ ਮਿਲਣੀਆਂ ਸ਼ੁਰੂ ਨਹੀਂ ਹੋਈਆਂ ਉਹਨਾਂ ਵੀ ਰਸਤੇ ਇਹ ਠੀਕ ਹੈ ਇਹ ਸਟੇਟਸ ਚੈੱਕ ਕਰ ਸਕਦੇ ਇੱਥੋਂ ਤੇ ਜਿਹੜੇ ਕਿਸਾਨ ਵੀਰਾਂ ਨੂੰ ਕਿਸ਼ਤਾਂ ਮਿਲ ਰਹੀਆਂ ਉਹ ਆਪਣਾ ਇੱਥੋਂ ਸਟੇਟਸ ਚੈੱਕ ਕਰ ਸਕਦੇ ਕਿ ਮੈਨੂੰ ਕਿਸ਼ਤ ਕਿਉਂ ਨਹੀਂ ਮਿਲ ਰਹੀ ਠੀਕ ਹੈ ਪਹਿਲੀਆਂ ਕਿਸ਼ਤਾਂਈਆਂ ਤਾਂ ਆਪਾਂ ਇਸ ਜਗ੍ਹਾ ਤੇ ਕਲਿੱਕ ਕਰਾਂਗੇ ਦੇਖਣ ਵਾਸਤੇ ਤਾਂ ਇਸ ਜਗ੍ਹਾ ਤੇ ਤੁਸੀਂ ਆਪਣਾ ਮੋਬਾਈਲ ਨੰਬਰ ਭਰੋਗੇ ਇਸ ਜਗ੍ਹਾ ਤੇ ਤਾਂ ਆਹ ਜਿਹੜੀ ਜਗ੍ਹਾ ਹੈਗੀ ਹੈ ਇੱਥੇ ਤੁਸੀਂ ਕੈਪਚਾ ਭਰੋ ਕੈਪਚਾ ਕੀ ਹੈ ਆ ਜਿਹੜੇ ਅੱਖਰ ਲਿਖੇ ਹੋਏ ਹਨ ਆਖਾ ਇਹ ਅੱਖਰ ਆਪਾਂ ਚਾਕੇ ਭਰਦੇ ਨੇ ਉਸ ਤੋਂ ਬਾਅਦ ਚਾ ਗੈਟ ਡਾਟਾ ਲਿਖਿਆ ਇਹਦੇ ਉੱਤੇ ਕਲਿੱਕ ਕਰ ਦੇਣਾ ਜਿਵੇਂ ਤੁਸੀਂ ਇਹਦੇ ਉੱਪਰ ਕਲਿੱਕ ਕਰਦੇ ਹੋ ਇਹ ਨਵੀਂ ਵਿੰਡੋ ਖੁੱਲ ਗਈ ਕਿਸਾਨ ਦੀ ਸਾਰੀ ਡਿਟੇਲ ਇਹ ਚ ਦਿੱਤੀ ਹੋਈ ਹੈ ਜੁਰਾ ਸੀ ਇਹ ਜਿੰਨਾਂ ਹੁਣ ਕਿਸ਼ਤਾਂ ਨਹੀਂ ਆਈਆਂ ਦੇਖੋ ਕੀ ਕੀ ਦੇਖਣਗੇ ਪਹਿਲਾਂ ਤਾਂ ਇੱਕ ਗੱਲ ਹੈਗੀ ਕਿ ਈ ਕੇਵਾਈਸੀ ਹੋਈ ਹੈ ਕਿ ਨਹੀਂ ਹੋਈ ਜੇ ਨਹੀਂ ਹੋਈ ਤਾਂ ਇੱਥੇ ਨੋ ਹੋਊਗਾ ਤੁਸੀਂ ਈ ਕੇਵਾਈਸੀ ਕਰਾ ਲੈਣੀ ਹੈ ਆ ਹੁਣ ਜਿਹੜਾ ਕਿਸਾਨ ਹੈ ਇਹਨੇ ਰਜਿਸਟ੍ਰੇਸ਼ਨ ਕਾਫੀ ਲੇਟ ਕਰਾਈ ਹੈ ਇਸ ਕਿਸਾਨ ਨੂੰ 12ਵੀਂ ਕਿਸ਼ਤ ਨਹੀਂ ਮਿਲ ਰਹੀ ਇਸ ਕਿਸਾਨ ਵੇਲੇ ਸਮੇਂ 10ਵੀਂ ਕਿਸ਼ਤ ਮਿਲਣੀ ਸੀ ਠੀਕ ਹੈ ਤਾਂ ਆਧਾਰ অথেন্টিਕੇਸ਼ਨ ਸਕਸੈਸ ਹੈ ਐਲੀਜੀਬਿਲਟੀ ਹੁਣ ਇੱਕ ਚੀਜ਼ ਹੋਰ ਹੈ ਕਿਸਾਨ ਇਹ ਪੁੱਛ ਰਿਹਾ ਕਿ ਯਾਰ ਮੇਰਾ ਕਿਸ਼ਤ ਨਹੀਂ ਆਈ ਕਿ ਮੈਂ ਐਲੀਜੀਬਲ ਹੈਗਾ ਕਿ ਮੈਨੂੰ ਕਿਸ਼ਤ ਮਿਲ ਸਕਦੀ ਹੈ ਦੇਖੋ ਇੱਥੇ ਲਿਖਿਆ ਕਿ ਐਲੀਜੀਬਿਲਟੀ ਯੈਸ ਇਹ ਲੈ ਸਕਦੇ ਆ ਪਰੰਤੂ ਫਿਰ ਮਿਲਿਆ ਕਿਉਂ ਨਹੀਂ ਕਿਉਂਕਿ ਲੈਂਡ ਸੀਡਿੰਗ ਨੋ ਹੈ ਕੀ ਹੈ ਆ ਜਿਹੜਾ ਲਿਖਿਆ ਲੈਂਡ ਸੀਡਿੰਗ ਨੋ ਇਸ ਦੇ ਬਾਰੇ ਦੱਸਦਾ ਇਸ ਤੋਂ ਪਹਿਲਾਂ ਇੱਕ ਚੀਜ਼ ਹੋਰ ਜਾਣੋ ਆਹ ਦਿੱਕਤ ਬਹੁਤ ਸਾਰੇ ਕਿਸਾਨ ਵੀਰਾਂ ਨਾਲ ਆਈ ਸੀਗੀ ਕਿ ਪਹਿਲਾਂ ਪੈਸਾ ਜਿਹੜਾ ਹੈਗਾ ਜਿਵੇਂ ਇਸ ਕਿਸਾਨ ਦਾ ਸਟੇਟ ਬੈਂਕ ਆਫ ਇੰਡੀਆ ਦੇ ਕੋਲ ਆ ਰਿਹਾ ਸੀਗਾ ਆ ਦੇਖ ਰਹੇ ਹੋ ਸਾਰੀਆਂ ਕਿਸ਼ਤਾਂ ਜਿਵੇਂ ਇਸ ਕਿਸਾਨ ਨੂੰ ਇਹ 9 ਕਿਸ਼ਤਾਂ ਮਿਲ ਚੁਕੀਆਂ ਨੌਵਾਂ ਦੇ ਵਿੱਚੋਂ 8 ਸਟੇਟ ਬੈਂਕ ਆਫ ਇੰਡੀਆ ਚ ਆਈਆਂ ਲੇਕਿਨ ਨੌਵੀਂ ਕਿਸ਼ਤਾ ਪੰਜਾਬ ਗ੍ਰਾਮੀਨ ਬੈਂਕ ਚ ਆਈ ਹੈ ਇਹ ਕਿਸਾਨ ਲੱਭਦਾ ਰਿਹਾ ਸਟੇਟ ਬੈਂਕ ਦੇ ਵਿੱਚ ਪਤਾ ਲੱਗਿਆ ਬਾ ਕਿ ਕਿਸ ਗ੍ਰਾਮੀਨ ਬੈਂਕ ਚ ਆ ਗਈ ਕਿਉਂ ਕਿਉਂਕਿ ਜਦੋਂ ਤੁਸੀਂ KYC ਕੀਤੀ ਹੈ ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਦਿੱਤੇ ਹੋਏ ਬੈਂਕ ਖਾਤੇ 'ਚ ਪੈਸਾ ਨਹੀਂ ਜਾ ਰਿਹਾ ਜਿਹੜਾ ਆਧਾਰ ਦੇ ਨਾਲ ਤੁਸੀਂ ਲਾਸਟ ਖਾਤਾ ਖੋਲਿਆ ਉਸ ਖਾਤੇ 'ਚ ਪੈਸਾ ਜਾ ਰਿਹਾ ਹੈ ਠੀਕ ਹੈ ਜੇ ਤੁਹਾਡੇ ਮੰਨ ਲਓ ਤਿੰਨ ਖਾਤੇ ਹੈ ਜਿਹੜਾ ਖਾਤਾ ਅਖੀਰ ਤੇ ਖੋਲਿਆ ਤੇ ਉਹ ਆਧਾਰ ਨਾਲ ਜੁੜਿਆ ਹੋਇਆ ਉਸ ਖਾਤੇ 'ਚ ਪੈਸਾ ਜਾ ਰਿਹਾ ਹੈ ਇਹਦੇ ਲਈ ਤੁਸੀਂ ਆਹ ਦੇਖ ਸਕਦੇ ਹੋ ਕਿ ਪੇਮੈਂਟ ਮੋਡ ਆਧਾਰ ਕਿ ਆਧਾਰ ਕਾਰਡ ਦੇ ਸਿਸਟਮ ਨਾਲ ਪੇਮੈਂਟ ਹੋ ਰਹੀ ਹੈ ਤੇ ਕਾਊਂਟ ਨੰਬਰ ਨਾਟ ਐਪਲੀਕੇਬਲ ਕਿਉਂਕਿ ਕਾਊਂਟ ਨੰਬਰ ਚਾਹੀਦਾ ਨਹੀਂਗਾ ਆਧਾਰ ਦੇ ਨਾਲ ਹੀ ਪੇਮੈਂਟ ਹੋ ਰਹੀ ਹੈ ਹੁਣ ਜਿਹੜੀ ਆ ਦਿੱਕਤ ਹੋਈ ਹੈ ਕਿਹੜੀ ਆਹਾ ਲੈਂਡ ਸੀਡਿੰਗ ਨੋ ਇਹਦੇ ਵਿੱਚ ਗੱਲ ਇਹ ਹੈ ਕਿ ਹੋਇਆ ਕਿਉਂ ਹੈ ਦੇਖਣ ਚ ਆਇਆ ਹੈ ਕਿ ਜਿਹੜੀ ਸਾਡੀ ਜ਼ਮੀਨ ਹੈ ਉਹ ਮਸਤਰਕਾ ਖਾਤਾ ਹੁੰਦਾ ਹੈ ਇੱਕ ਜ਼ਮੀਨ ਜਿਹੜੀ ਖਤੌਨੀ ਹੈ ਉਹਦੇ ਵਿੱਚ ਅਗੇ ਪੰਜ ਭਾਗੀਦਾਰ ਹੁੰਦੇ ਐ ਪੰਜੋ ਭਾਗੀਦਾਰ ਆ ਡਾ ਡਾ ਆਪਦੇ ਦੀ ਵਾਈ ਕਰ ਰਹੇ ਪਰੰਤੂ ਜ਼ਮੀਨ ਦੀ ਜਿਹੜੀ ਹੈਗੀ ਤਕਸੀਮ ਨਹੀਂ ਹੋਈ ਤੇ ਜਦੋਂ ਪੰਜਾਂ ਜਾਨਾਂ ਨੇ ਫਾਰਮ ਭਰੇ ਤੇ ਫਾਰਮ ਭਰਨ ਲੱਗਿਆ ਨੇ ਇੱਕ ਕੋਈ ਖਤੌਨੀ ਨੰਬਰ ਇੱਕੋ ਜਿਹੜਾ ਹੈਗਾ ਨੰਬਰ ਭਰ ਦਿੱਤਾ ਜੈਸਮੇ ਕੰਪਿਊਟਰ ਨੇ ਇਹ ਨੰਬਰ ਚੈੱਕ ਕੀਤੇ ਪਤਾ ਲੱਗਿਆ ਕਿ ਇੱਕ ਨੰਬਰ ਤੇ ਪੰਜ ਬੰਦੇ ਪੈਸੇ ਲਈ ਜਾਂਦੇ ਆ ਤਾਂ ਉਸ ਸਮੇ ਉਹਨਾਂ ਦੀ ਲੈਂਡ ਸੀਡਿੰਗ ਜਿਹੜੀ ਹੈਗੀ ਉਹਨੇ ਰਿਜੈਕਟ ਕਰ ਦਿੱਤੀ ਹੈ ਜਾਂ ਉਸ ਨੂੰ ਜਿਹੜਾ ਹੈਗਾ ਅਪਡੇਟ ਕਰਨ ਵਾਸਤੇ ਕਹਿ ਦਿੱਤਾ ਠੀਕ ਹੁਣ ਇਹ ਅਪਡੇਟ ਕਰੀਏ ਕਿੱਥੋਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਹਾਂ ਕਿ ਇਹ ਨਹੀਂ ਹੈਗਾ ਇਹਦਾ ਮਤਲਬ ਕਿ ਤੁਹਾਨੂੰ ਕਿਸ਼ਤ ਨਹੀਂ ਮਿਲਣੀ ਆਇਨਾ ਸਾਫ਼-ਸਾਫ਼ ਲਿਖਿਆ ਹੈ ਕਿ ਤੁਸੀਂ ਕਿਸ਼ਤ ਲੈਣ ਦੇ ਐਲੀਜੀਬਲ ਹੋ ਕਿਸ਼ਤ ਮਿਲੇਗੀ ਲੇਕਿਨ ਲੈਂਡ ਸੀਡਿੰਗ ਕਰਾਓ ਹੁਣ ਇਹਦੇ ਵਿੱਚ ਅਸੀਂ ਕੀ ਕਰੀਏ ਪਹਿਲੀ ਗੱਲ ਆ ਜੇ ਤੁਸੀਂ ਆਨਲਾਈਨ ਦੇਖਦੇ ਹੋ ਤਾਂ ਆਨਲਾਈਨ ਆ ਤੁਹਾਡੇ ਕੋਲੇ ਇਹੋ ਜਿਹਾ ਕੋਈ ਇਹਨਾਂ ਨੇ ਸਿਸਟਮ ਨਹੀਂ ਦਿੱਤਾ ਕਿ ਤੁਸੀਂ ਆਨਲਾਈਨ ਜਾ ਕੇ ਇਹ ਤੁਹਾਡੀ ਜ਼ਮੀਨ ਦੀ ਸੀਡਿੰਗ ਹੈ ਉਹ ਕਰਵਾ ਸਕੋ ਜ਼ਮੀਨ ਦੀ ਅਪਡੇਟ ਦੇ ਸਕੋ ਠੀਕ ਹੈ ਤਾਂ ਫਿਰ ਆਫਲਾਈਨ ਕੰਮ ਹੋਏਗਾ ਆਫਲਾਈਨ ਜਿਵੇਂ ਕਿ ਹਰਿਆਣਾ ਦੇ ਵਿੱਚ ਮੇਰੇ ਖਿਆਲ ਵਿੱਚ ਲੇਖਪਾਲ ਦੇਖ ਰਿਹਾ ਪੰਜਾਬ ਦੇ ਵਿੱਚ ਨੋਡਲ ਏਜੰਸੀ ਖੇਤੀਬਾੜੀ ਵਿਭਾਗ ਹੈ ਤਾਂ ਖੇਤੀਬਾੜੀ ਵਿਭਾਗ ਜੋ ਨੋਡਲ ਏਜੰਸੀ ਹੈ ਉਸ ਨੂੰ ਸਾਨੂੰ ਜਮ੍ਹਾਂ ਬੰਦੀ ਦੇਣੀ ਪਵੇਗੀ ਤੇ ਉਹ ਅਪਡੇਟ ਕਰਨਗੇ ਪਰੰਤੂ ਰੁਕੋ 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 ਹਜੇ ਤੀਕ ਖੇਤੀਬਾੜੀ ਭਾਗ ਜਾਂ ਲੇਖਪਾਲ ਜਾਂ ਜੋ ਵੀ ਤੁਹਾਡੀ ਨੋਡਲ ਏਜੰਸੀ ਹੈ ਉਸ ਦੇ ਕੋਲ ਇਸ ਸਬੰਧੀ ਕੋਈ ਸੂਚਨਾ ਨਹੀਂ ਆਈ ਕਿ ਲੈਂਡ ਸੀਡਿੰਗ ਕਿਸ ਤਰ੍ਹਾਂ ਕਰਨੀ ਹੈ ਉਹਨਾਂ ਨੂੰ ਕੋਈ ਇਹੋ ਜਿਹਾ ਜਿਹੜਾ ਹੈਗਾ ਸਿਸਟਮ ਨਹੀਂ ਦਿੱਤਾ ਜਿਸ ਸਿਸਟਮ ਦੇ ਵਰਤੋਂ ਕਰਕੇ ਉਹ ਲੈਂਡ ਸੀਡਿੰਗ ਕਰ ਲੈਣ ਜਿਸ ਤਰੀਕੇ ਦੇ ਨਾਲ ਖੇਤੀਬਾੜੀ ਭਾਗ ਵੱਲੋਂ ਜਾਂ ਕੇਂਦਰ ਸਰਕਾਰ ਵੱਲੋਂ ਕੋਈ ਸਬੰਧੀ ਚਿੱਠੀ issues ਹੁੰਦੀ ਹੈ ਜਾਂ ਉਹਨਾਂ ਵੱਲੋਂ ਕੋਲ ਲੈਂਡ ਸੀਡਿੰਗ ਕਰਨ ਦਾ ਆਪਸ਼ਨ ਹੁੰਦਾ ਤਾਂ ਤੁਹਾਨੂੰ ਉਹ ਸਬੰਧੀ ਦੱਸ ਦਿੱਤਾ ਜਾਊਗਾ ਦੱਸਣ ਤੋਂ ਬਾਅਦ ਦੇ ਵਿੱਚ ਤੁਸੀਂ ਜਿਹੜਾ ਹੈਗਾ ਆਪਣਾ ਲੈਂਡ ਸੀਡਿੰਗ ਕਰਵਾ ਲੈਣਾ ਇੱਥੇ ਕਾਬਲੇ ਗੌਰ ਗੱਲ ਇਹ ਹੈਗੀ ਹੈ ਕਿ ਭਾਈ ਤੁਸੀਂ ਜਿਹੜੇ ਹੈਗੇ ਉਹ ਇਸ ਸਕੀਮ ਦੇ ਹੱਕਦਾਰ ਹੋ ਤੁਹਾਨੂੰ ਪੈਸਾ ਮਿਲੇਗਾ ਇਹ ਸਾਫ਼ ਤੇ ਸਪੱਸ਼ਟ ਲਿਖਿਆ ਕਿ ਤੁਹਾਡੀ ਐਲੀਜੀਬਿਲਟੀ ਹੈ ਪਰੰਤੂ ਜਦੋਂ ਤੁਸੀਂ ਲੈਂਡ ਸੀਡਿੰਗ ਕਰਾ ਦਿਓਗੇ ਜਿਹੜੀ ਤੁਹਾਡੀ ਕੈਸ਼ ਰੁਕੀ ਹੋਈ ਹੈ ਉਹ ਵੀ ਤੁਹਾਡੇ ਖਾਤੇ ਦੇ ਵਿੱਚ ਆ ਜਾਊਗੀ ਇਹਦੇ ਕਰਕੇ ਇਸ ਚੀਜ਼ ਤੋਂ ਘਬਰਾਉਣ ਦੀ ਲੋੜ ਨਹੀਂ ਜਿਸ ਤੱਕ ਨਾ ਕੋਈ ਅਗਲੀ ਅਪਡੇਟ ਆਉਂਦੀ ਹੈ ਉਹ ਤੁਹਾੜੇ ਨਾਲ ਸ਼ੇਅਰ ਕੀਤੀ ਜਾਊਗੀ ਉਸ ਤੋਂ ਬਾਅਦ ਦੇ ਵਿੱਚ ਆਪਾਂ ਜਿਹੜਾ ਹੈਗਾ ਇਸ ਨੂੰ ਅਪਡੇਟ ਕਰਵਾ ਲਵਾਂਗਾ ਇੱਕ ਦੋ ਦਿਨ ਦਾ ਇੰਤਜ਼ਾਰ ਕਰੋ ਇੱਕ ਦੋ ਦਿਨ ਦੇ ਵਿੱਚ ਅਪਡੇਟ ਆਉਂਦੀ ਹੈ ਤੋਂ ਤੁਹਾਡਾ ਨ ਜ਼ਰੂਰ ਸ਼ੇਅਰ ਕਰ ਦਿੱਤੀ ਜਾਊਗੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ